ਜਸਟਿਸ ਰੰਜਨ ਗੋਗੋਈ ਬਣੇ ਦੇਸ਼ ਦੇ ਨਵੇਂ ਜੱਜ। ਜਸਟਿਸ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਦੇਸ਼ ਦੇ 46ਵੇਂ ਮੁੱਖ ਜੱਜ ਵਜੋਂ ਸਹੁੰ ਚੁੱਕੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਭਾਰਤ ਦੇ ਮੁੱਖ ਜੱਜ ਵਜੋਂ ਉਹਨਾਂ ਦਾ ਕਾਰਜਕਾਲ 13 ਮਹੀਨਿਆਂ ਦਾ ਹੋਵੇਗਾ, ਜਿਹੜਾ ਕਿ ਨਵੰਬਰ 2019 ਵਿੱਚ ਖਤਮ ਹੋਵੇਗਾ। ਆਈ ਰੰਜਨ ਗੋਗੋਈ, ਹੈਵਿੰਗ ਬੀਨ ਅਪਾਇੰਟਿਡ ਚੀਫ ਜਸਟਿਸ ਆਫ ਦ ਸੁਪਰੀਮ ਕੋਰਟ ਆਫ ਇੰਡੀਆ, ਹੈਵਿੰਗ ਬੀਨ ਅਪਾਇੰਟਿਡ ਚੀਫ ਜਸਟਿਸ ਆਫ ਦ ਸੁਪਰੀਮ ਕੋਰਟ ਆਫ ਇੰਡੀਆ, ਡੂ ਸਵੇਅਰ ਇਨ ਦ ਨੇਮ ਆਫ ਗਾਡ, ਡੂ ਸਵੇਅਰ ਇਨ ਦ ਨੇਮ ਆਫ ਗਾਡ, ਦੈਟ ਆਈ ਵਿਲ ਵੀਅਰ ਟਰੂ ਫੇਥ ਐਂਡ ਐਲੀਜੀਅੰਸ ਟੂ ਦ ਕਾਂਸਟੀਟਿਊਸ਼ਨ ਆਫ ਇੰਡੀਆ ਐਸ ਬਾਈ ਲਾ ਇਸਟੈਬਲਿਸ਼ਡ, ਦੈਟ ਆਈ ਵਿਲ ਬੇਅਰ ਟਰੂ ਫੇਥ ਐਂਡ ਐਲੀਜੀਅੰਸ ਟੂ ਦ ਕਾਂਸਟੀਟਿਊਸ਼ਨ ਆਫ ਇੰਡੀਆ ਐਸ ਬਾਈ ਲਾ ਇਸਟੈਬਲਿਸ਼ਡ, ਦੈਟ ਆਈ ਵਿਲ ਅਪਹੋਲਡ ਦ ਸੋਵਰਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ, ਦੈਟ ਆਈ ਵਿਲ ਅਪਹੋਲਡ ਦ ਸੋਵਰਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ, ਦੈਟ ਆਈ ਵਿਲ ਡਿਊਲੀ ਐਂਡ ਫੇਥਫੁਲੀ ਐਂਡ ਟੂ ਦ ਬੈਸਟ ਆਫ ਮਾਈ ਏਬਿਲਿਟੀ, ਨੌਲੇਜ ਐਂਡ ਜਜਮੈਂਟ, ਦੈਟ ਆਈ ਵਿਲ ਡਿਊਲੀ ਐਂਡ ਫੇਥਫੁਲੀ ਐਂਡ ਟੂ ਦ ਬੈਸਟ ਆਫ ਮਾਈ ਅਬਿਲਿਟੀ, ਨੌਲੇਜ ਐਂਡ ਜਜਮੈਂਟ, ਪਰਫਾਰਮ ਦ ਡਿਊਟੀਜ਼ ਆਫ ਮਾਈ ਆਫਿਸ ਵਿਦਆਊਟ ਫੀਅਰ ਆਰ ਫੇਵਰ, ਅਫੈਕਸ਼ਨ ਆਰ ਇਲ ਵਿਲ, ਪਰਫਾਰਮ ਦ ਡਿਊਟੀਜ਼ ਆਫ ਮਾਈ ਆਫਿਸ ਵਿਦਆਊਟ ਫੀਅਰ ਆਰ ਫੇਵਰ, ਅਫੈਕਸ਼ਨ ਆਰ ਇਲ ਵਿਲ, ਐਂਡ ਦੈਟ ਆਈ ਵਿਲ ਅਪਹੋਲਡ ਦ ਕਾਂਸਟੀਟਿਊਸ਼ਨ ਐਂਡ ਦ ਲਾਜ਼, ਐਂਡ ਦੈਟ ਆਈ ਵਿਲ ਅਪਹੋਲਡ ਦ ਕਾਂਸਟੀਟਿਊਸ਼ਨ ਐਂਡ ਦ ਲਾਜ਼।